ਤਾਂ ਹੁਣ ਜ਼ਿਕਰ ਕਰਦੇ ਹਾਂ ਕੰਗਨਾ ਰਣੌਤ ਦਾ, ਜਿਨ੍ਹਾਂ ਨੇ ਨਿਊਜ਼ 18 ਦੇ ਪ੍ਰੋਗਰਾਮ ਦੇ ਵਿੱਚ ਅਜਿਹਾ ਵਿਵਾਦਿਤ ਬਿਆਨ ਦਿੱਤਾ ਜੋ ਜਲਦ ਹੀ ਸਿਆਸੀ ਗਲਿਆਰਿਆਂ ਦੇ ਵਿੱਚ ਗੂੰਜਿਆ, ਜਿਸ ਦੇ ਉੱਤੇ ਸਿੱਖ ਅਕਾਲੀ ਦਲ ਦੇ ਵੱਲੋਂ ਵੀ ਤਿੱਖਾ ਪਲਟਵਾਰ ਕੀਤਾ ਗਿਆ। ਹਰ ਯੇ ਕੋਈ ਸੰਤ ਨਹੀਂ ਹੋਤਾ ਹੈ ਜੋ AK-47 ਕੇ ਸਾਥ ਮੇਂ ਮੰਦਿਰ ਮੇਂ ਛੁਪ ਕੇ ਬੈਠਾ ਹੋ। ਫਿਲਮ ਐਮਰਜੈਂਸੀ ਦਾ ਮੁੱਦਾ ਹਜੇ ਸ਼ਾਂਤ ਨਹੀਂ ਹੋਇਆ ਕਿ ਇਹ ਬਿਆਨ ਦੇ ਕੇ ਕੰਗਨਾ ਰਣੌਤ ਮੁੜ ਵਿਵਾਦਾਂ 'ਚ ਘਿਰ ਗਏ। ਜਗ੍ਹਾ ਸੀ ਦਿੱਲੀ ਤੇ ਮੌਕਾ ਸੀ ਨਿਊਜ਼ 18 ਚੌਪਾਲ ਦਾ, ਜਿਸ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਪਹੁੰਚੇ, ਜਿੱਥੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਖੁਦ ਨੂੰ ਧਮਕੀਆਂ ਮਿਲਣ ਦੇ ਇਲਜ਼ਾਮ ਲਾਏ ਤੇ ਨਾਲ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ। ਕਹਤੇ ਹੈ ਕਿ ਜੋ ਭਿੰਡਰਾਂਵਾਲੇ ਹੈ ਵੋ ਇੱਕ ਸੰਤ ਹੈ, ਵੋ ਇੱਕ ਮਹਾਨ ਕ੍ਰਾਂਤੀਕਾਰੀ ਹੈ, ਔਰ ਵੋ ਇੱਕ ਇੱਕ ਲੀਡਰ ਹੈ, ਔਰ ਇੱਕ ਧਰਮਾਤਮਾ ਹੈ। ਤੋ ਅਬ ਉਨ ਲੋਗੋਂ ਨੇ ਜੋ ਹੈ ਕਹੀਂ ਨਾ ਕਹੀਂ ਡਰਾ ਧਮਕਾ ਕੇ, ਚਾਹੇ ਪੈਟੀਸ਼ਨਸ, ਚਾਹੇ ਦੇਸ਼ ਕੋ ਜਲਾ ਦੇਨੇ ਕੀ, ਚਾਹੇ ਧਮਕੀਆਂ ਹੋ, ਚਾਹੇ ਅਫਕੋਰਸ ਮੁਝੇ ਵੀ ਧਮਕੀਆਂ ਆਈ ਹੈ। ਤੋ ਇਨ ਔਰ ਮੇਰਾ ਇਹ ਮਾਨਨਾ ਹੈ ਕਿ ਜੈਸੇ ਹਮਾਰਾ ਭਾਰਤ ਵਰਸ਼ ਹੈ, ਔਰ ਉਸੀ ਤਰ੍ਹਾਂ ਸੇ ਪੰਜਾਬ ਕੀ 99% ਜੋ ਜਨਤਾ ਹੈ ਵੋ ਯਹੀ ਮਾਨਤੀ ਹੈ ਕਿ ਜੋ ਯੇ ਹੋਮ ਮਿਨਿਸਟਰੀ ਨੇ ਨਹੀਂ, ਬਹੁਤ ਪਹਿਲੇ ਜੋ ਸਰਕਾਰ ਤੀ ਉਨ ਲੋਗੋਂ ਨੇ ਬਾਕਾਇਦਾ ਜੋ ਹੈ ਖਾਲਿਸਤਾਨੀਓ ਕੋ ਟੈਰਰਿਸਟ ਘੋਸ਼ਿਤ ਕੀਆ ਗਿਆ ਹੈ। ਔਰ ਯੇ ਕੋਈ ਸੰਤ ਨਹੀਂ ਹੋਤਾ ਹੈ ਜੋ AK-47 ਕੇ ਸਾਥ ਮੇਂ ਮੰਦਿਰ ਮੇਂ ਛੁਪ ਕੇ ਬੈਠਾ ਹੋਤਾ ਹੈ। ਔਰ ਆਪ ਉਨ ਮੁਝੇ ਕਹਿ ਰਹੇ ਕਿ ਵੋ ਖਾਲਿਸਤਾਨ ਕੀ ਮਾਂਗ ਨਹੀਂ ਕੀ। ਕੰਗਨਾ ਦਾ ਇਹ ਬਿਆਨ ਤੁਰੰਤ ਹੀ ਸਿਆਸੀ ਗਲਿਆਰਿਆਂ 'ਚ ਗੂੰਜ ਉੱਠਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕੰਗਨਾ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਉਹ ਆਪਣੀ ਫਿਲਮ ਦਾ ਪ੍ਰਚਾਰ ਕਰਨ ਲਈ ਅਜਿਹੇ ਬਿਆਨ ਦੇ ਰਹੇ ਨੇ। ਤਾਂ ਉੱਧਰ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਕੰਗਨਾ ਨੂੰ ਬਾਜ ਨਾ ਆਉਣ ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ। ਕੰਗਨਾ ਜੀ ਨੂੰ ਵੀ ਕਹਾਂਗਾ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਬਿਆਨਬਾਜ਼ੀਆਂ ਦੇ ਰਹੇ ਹੋ, ਆਪਣੀ ਪਿਕਚਰ ਨੂੰ ਪ੍ਰਮੋਟ ਕਰਨ ਵਾਸਤੇ ਤੁਸੀਂ ਇਹ ਕੋਝੀ ਸਾਜ਼ਿਸ਼ ਸ਼ੁਰੂ ਕੀਤੀ ਹੋਈ ਹੈ, ਜਿਹੜੀਆਂ ਉਹਦੇ ਵਿੱਚ ਓਬਜੈਕਸ਼ਨੇਬਲ ਸੀਨਸ ਨੇ ਉਹਨੂੰ ਕਟਾਓ ਔਰ ਆਪਣੀ ਪਿਕਚਰ ਚਲਾਓ, ਸਾਡਾ ਕੋਈ ਲੈਣਾ ਦੇਣਾ ਨਹੀਂ। ਮਗਰ ਤੁਸੀਂ ਇੱਕ ਕਿਰਦਾਰ ਦੀ ਖਿਲਾਫ ਬਾਰ ਬਾਰ ਅਗਰ ਗੱਲਾਂ ਕਰੋਗੇ ਤੇ ਮੈਨੂੰ ਲੱਗਦਾ ਕਿ ਫਿਰ ਸਿੱਖ ਜਗਤ ਦੇ ਵਿੱਚ ਇਹਦਾ ਰੋਸ ਆਉਣਾ ਵੀ ਜਾਇਜ਼ ਹੋਏਗਾ। ਸੋ ਮੈਂ ਤੁਹਾਡੀ ਹਾਈ ਕਮਾਂਡ ਨੂੰ ਵੀ ਅਪੀਲ ਕਰਾਂਗਾ ਕਿ ਤੁਹਾਡੇ ਖਿਲਾਫ ਜਿਹੜਾ ਵੀ ਬੰਦਾ ਕਾਰਵਾਈ ਹੋਈ ਜ਼ਰੂਰ ਕਰਨੀ ਚਾਹੀਦੀ। ਆਤੰਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ, ਆਤੰਕਵਾਦੀ ਹੁੰਦੇ ਜਿਹੜੇ ਆਪਣੀ ਸਟੇਟ ਦੇ ਵਿੱਚ ਆਤੰਕ ਫੈਲਾਉਣ ਔਰ ਜ਼ੁਲਮ ਔਰ ਜ਼ਬਰ ਕਰਨ। ਸੰਤ ਜਰਨੈਲ ਸਿੰਘ ਨੇ ਇੱਕ ਧਾਰਮਿਕ ਵਿਰਤੀ ਵਾਲਾ ਸੀ, ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ, ਪਰ ਸਮੇਂ ਦੀ ਸਰਕਾਰ ਨੇ ਉਸਦੀ ਪਰਸਨੈਲਿਟੀ ਨੂੰ ਪਛਾਣ ਲਿਆ ਸੀ। ਉਹ ਇਹ ਜੀ ਪਰਸਨੈਲਿਟੀ ਨੂੰ ਸਿੱਖ ਕੌਮ ਨਹੀਂ ਸੀ ਰਹਿਣ ਦੇਣਾ ਚਾਹੁੰਦੇ, ਜਿਹਦੇ ਕਰਕੇ ਉਹਦੀ ਸ਼ਹਾਦਤ ਹੋਈ। ਮੈਂ ਸਖ਼ਤ ਸ਼ਬਦਾਂ ਵਿੱਚ ਕੰਗਨਾ ਰਣੌਤ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ, ਵਰਨਾ ਇਹਦੇ ਖਮਿਆਜੇ ਭੁਗਤਣੇ ਪੈਣਗੇ। ਅਸੀਂ ਜ਼ਬਰਦਸਤ ਮੁਜ਼ਾਹਰਾ ਸਾਨੂੰ ਜਦ ਵੀ ਮੌਕਾ ਮਿਲੇਗਾ ਤੇਰੇ ਖਿਲਾਫ਼ ਕਰਾਂਗੇ। ਜ਼ਿਕਰ ਹੋ ਗਿਆ ਕਿ ਫਿਲਮ ਐਮਰਜੈਂਸੀ ਨੂੰ ਲੈ ਕੇ ਕੰਗਨਾ ਰਣੌਤ ਪਿਛਲੇ ਕੁਝ ਸਮੇਂ ਤੋਂ ਵਿਵਾਦਾਂ 'ਚ ਘਿਰੇ ਹੋਏ ਨੇ। ਸਿੱਖ ਜਥੇਬੰਦੀਆਂ ਨੇ ਇਲਜ਼ਾਮ ਲਾਏ ਕਿ ਇਸ ਫਿਲਮ 'ਚ ਸਿੱਖਾਂ ਦਾ ਅਕਸ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤੇ ਹੁਣ ਕੰਗਨਾ ਨੇ ਇਹ ਬਿਆਨ ਦੇ ਕੇ ਇੱਕ ਵਿਵਾਦ ਹੋਰ ਸਹੇੜ ਲਿਆ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਉੱਧਰ ਕੰਗਨਾ ਰਣੌਤ ਨੂੰ ਸੰਮਣ ਆਇਆ, ਚੰਡੀਗੜ੍ਹ ਕੋਰਟ ਦੇ ਵੱਲੋਂ ਕੰਗਨਾ ਰਣੌਤ ਨੂੰ ਸੰਮਣ ਆਇਆ ਤੇ ਨਾਲ ਹੀ 5 ਦਸੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ। ਤੇ ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਪਟੀਸ਼ਨ ਜਿਹੜੀ ਆ ਪਾਈ ਗਈ ਸੀ। ਫਿਲਮ ਐਮਰਜੈਂਸੀ ਦੇ ਜ਼ਰੀਏ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਦੇ ਵਿੱਚ, ਭੜਕਾਉਣ ਦੇ ਇਲਜ਼ਾਮ ਦੇ ਵਿੱਚ ਸੰਮਣ ਜਿਹੜਾ ਹੈ ਕੰਗਨਾ ਰਣੌਤ ਨੂੰ ਭੇਜਿਆ ਗਿਆ ਤੇ 5 ਦਸੰਬਰ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਨੇ। ਤੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਕੋਰਟ ਦੇ ਵੱਲੋਂ ਕੰਗਨਾ ਰਣੌਤ ਨੂੰ ਸੰਮਣ ਭੇਜਿਆ ਗਿਆ ਹੈ 5 ਦਸੰਬਰ ਨੂੰ,
ਜਿਹੜਾ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਭੜਕਾਉਣ ਦੇ ਜਿਹੜੇ ਨੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਨੇ ਤੇ ਇਸ ਦੇ ਚੱਲਦਿਆਂ ਪਟੀਸ਼ਨ ਦੇ ਤਹਿਤ ਫਿਲਮ ਐਮਰਜੈਂਸੀ ਦੇ ਜ਼ਰੀਏ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਇਲਜ਼ਾਮ ਦੇ ਤਹਿਤ ਕੰਗਨਾ ਰਣੌਤ ਨੂੰ ਸੰਮਨ ਭੇਜਿਆ ਗਿਆ। ਸੁਣਵਾਈ ਕੇ ਬਾਅਦ ਜੋ ਕੋਰਟ ਨੇ ਇਸਮੇ ਨੋਟਿਸ ਕੀਆ ਕੰਗਨਾ ਰਣੌਤ ਜੋ ਇਸਕੀ ਐਕਟਰ ਡਾਇਰੈਕਟਰ ਪ੍ਰੋਡਿਊਸਰ ਸਾਰਾ ਕੁਛ ਖੁਦ ਹੀ ਹੈ ਉਹ, ਔਰ ਸਾਥ ਮੇਂ ਜੋ ਸਕ੍ਰੀਨ ਪਲੇ ਰਿਤੇਸ਼ ਸ਼ਾਹ ਔਰ ਜੀ ਸਟੂਡੀਓ ਜੋ ਇਨਕਾ ਪ੍ਰੋਡਕਸ਼ਨ ਹਾਊਸ ਹੈ, ਇਨ ਤਿੰਨੋਂ ਕੋ ਪੇਸ਼ ਹੋਣੇ ਕੇ ਲੀਏ ਸਮਨ ਕੀਆ। ਕੌਨਸੀ ਡੇਟ ਹੈ? 5-12 ਕੋ ਇਨਕੋ ਯਹਾਂ ਪੇ ਇਨ ਪਰਸਨ ਪੇਸ਼ ਹੋਣਾ ਹੈ ਤਾਂ ਕਿ ਕੋਰਟ ਕੀ ਜੋ ਅਗਲੀ ਕਾਰਵਾਈ ਸ਼ੁਰੂ ਹੋ ਸਕੇ, ਜੋ ਹਮਨੇ ਐਵੀਡੈਂਸ ਹੈ ਉਹ ਸ਼ੁਰੂ ਹੋ ਸਕੇ, ਜੋ ਇਨਕੀ ਹਾਜ਼ਰੀ ਮੇਂ ਹੀ ਜੋ ਗਵਾਹੀਆਂ ਹੈ ਜੋ ਆਪਣਾ ਐਵੀਡੈਂਸ ਹੈ ਇਨਕੀ ਹਾਜ਼ਰੀ ਮੇਂ ਆਗੇ ਹੋ ਸਕੇ।